ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਕਰਨ ਰੰਧਾਵਾ। ਸੋ ਗਾਇਸ, ਤੁਸੀਂ ਸਾਰਿਆਂ ਨੇ ਪੋਸਟਰ ਦੇਖ ਲਿਆ ਹੋਇਆ, ਐਂਡ ਥੈਂਕ ਯੂ ਸੋ ਮਚ ਯਾਰ, ਤੁਸੀਂ ਇੰਨਾ ਜ਼ਿਆਦਾ ਮੈਨੂੰ ਵਧੀਆ ਰਿਸਪੋਂਸ ਦਿੱਤਾ ਨਾ। 2022 ਦਾ ਮੇਰਾ ਪਹਿਲਾ ਗਾਣਾ ਆ, ਐਂਡ ਗਾਣਾ ਬਹੁਤ ਸੋਹਣਾ ਬਣਿਆ, ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ, ਅਤੇ ਮੈਂ ਮੁਬਾਰਕਾਂ ਦਊਂਗਾ ਸਾਡੀ ਟੀਮ ਨੂੰ ਕਿ ਗਾਣਾ ਆਪਣਾ ਰੈਡੀ ਆ ਹੁਣ ਰਿਲੀਜ਼ ਕਰਨ ਲਈ। ਐਂਡ ਤੁਹਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਦਊਂਗਾ ਕਿ 26 ਤਰੀਕ ਨੂੰ, 26 ਅਪ੍ਰੈਲ ਨੂੰ 2022 ਦਾ ਮੇਰਾ ਪਹਿਲਾ ਗਾਣਾ ਮੇਰੇ ਵੱਲ, ਇਹ ਸਾਰੇ ਜਣੇ ਜ਼ਰੂਰ ਸੁਣੀਓ, ਤੁਹਾਨੂੰ ਵਧੀਆ ਲੱਗੂਗਾ। ਅਤੇ ਮੌਸਮ ਬਹੁਤ ਵਧੀਆ ਆ ਅੱਜ ਮੋਹਾਲੀ ਵਿੱਚ, ਨਜ਼ਾਰੇ ਲੈਣ ਦੇ ਮੌਸਮ ਦੇ, ਮੌਸਮ ਦੀਆਂ ਲਾਈਨਾਂ ਹੈਗੀਆਂ ਗਾਣੇ ਦੇ ਵਿੱਚ, ਥੋੜ੍ਹਾ ਜਿਹਾ ਮੈਂ ਤੁਹਾਨੂੰ ਸੁਣਾਉਣਾ ਨਵੇਂ ਗਾਣੇ ਦੀਆਂ ਲਾਈਨਾਂ ਜੋ ਮੈਨੂੰ ਲੱਗਦਾ ਹੁਣ ਸੂਟ ਕਰਦੀਆਂ ਇਸ ਚੀਜ਼ ਨੂੰ। ਕਾਲੇ ਕਾਲੇ ਬੱਦਲ ਹੋ ਗਏ, ਮੀਂਹ ਪੜ ਗਿਆ ਏ, ਤੇਰੇ ਬਿਨਾਂ ਮੇਰਾ ਹਾਲ ਵੇਖ ਲੈ ਕੀ ਬਣ ਗਿਆ ਏ, ਜਦੋਂ ਤੇਰੇ ਨਾਲ ਬੈਠ ਪੀਣੀ ਮਿੱਠੀ ਮਿੱਠੀ ਚਾਹ, ਉਹ ਪਲ ਕਦੋਂ ਆਉਣਗੇ ਪਲ ਕਦੋਂ। ਸੋ ਗਾਇਸ, 26 ਤਰੀਕ ਨੂੰ ਆ ਜਾਣਾ ਆਪਣਾ ਗਾਣਾ ਮੇਰੇ ਵੱਲ, ਅਤੇ ਸਾਰੇ ਜਣੇ ਜ਼ਰੂਰ ਸੁਣੀ, ਤੁਹਾਨੂੰ ਵਧੀਆ ਲੱਗੂਗਾ। ਐਂਡ ਵਨ ਮੋਰ ਥਿੰਗ, 23 ਤਰੀਕ ਨੂੰ ਆਪਣਾ ਸ਼ੋਅ ਆ ਦਿੱਲੀ ਵਿੱਚ, GK ਵਿੱਚ, ਅਤੇ ਲਿਟ ਬਾਰ ਐਂਡ ਸੋ ਜਿਹੜੇ ਜਿਹੜੇ ਵੀ ਉੱਥੇ ਆ ਸਕਦੇ ਹੋਏ ਜ਼ਰੂਰ ਆਈਓ। ਮੈਂ ਬਹੁਤ ਕੁਛ ਸੋਚਿਆ ਹੋਇਆ ਕਿ 23 ਤਰੀਕ ਲਈ ਮੈਂ ਤੁਹਾਨੂੰ ਕੀ ਕੁਛ ਸੁਣਾਵਾਂ, ਕਿੱਦਾਂ ਇੰਟਰਟੇਨ ਕਰਾਂ, ਅਤੇ ਗਾਣੇ ਮੈਂ ਨਵੇਂ ਨਵੇਂ ਸੁਣਾਂਗਾ, ਅਤੇ ਜੇ ਮਨ ਬਣਿਆ ਜਾਂ ਤੁਹਾਡਾ ਮਨ ਹੋਇਆ ਸੁਣਨ ਦਾ, ਤਾਂ ਆਪਾਂ ਨਵਾਂ ਗਾਣਾ ਵੀ ਸੁਣਾਵਾਂਗੇ 23 ਤਰੀਕ ਨੂੰ। ਅਤੇ ਸਾਰੇ ਜਣੇ ਜਿਹੜੇ ਉੱਥੇ ਪਹੁੰਚ ਸਕਦੇ ਹੋਏ ਲਿਟ ਬਾਰ ਐਂਡ ਰਿਜ਼ੋਰਟ ਉੱਥੇ ਪਹੁੰਚੋ 23 ਤਰੀਕ ਨੂੰ, ਟਾਈਮਿੰਗ ਮੈਂ ਤੁਹਾਨੂੰ ਦੱਸ ਦੂੰਗਾ। ਅਤੇ ਚਲੋ ਹੁਣ ਬੈਕ ਟੂ ਸੌਂਗ 'ਤੇ ਆਉਂਦੇ ਹਾਂ। ਛੱਬੀ ਅਪ੍ਰੈਲ ਨੂੰ ਮੇਰੇ ਵੱਲ, ਸਾਰੇ ਜਣੇ ਜ਼ਰੂਰ ਸੁਣੀਓ, ਤੁਹਾਨੂੰ ਬਹੁਤ ਵਧੀਆ ਲੱਗੂਗਾ। ਅਤੇ ਅਸੀਂ ਸਾਰਿਆਂ ਨੇ ਸਾਰਿਆਂ ਨੂੰ ਬਹੁਤ ਰੀਝ